ਲੁਧਿਆਣਾ ਦੇ ਰਹਿਣ ਵਾਲੇ ਅਜੀਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੇ ਕੁਝ ਸਮਾਂ ਪਹਿਲਾਂ ਨੂਰਵਾਲਾ ਰੋਡ ਦੇ ਉੱਤੇ ਜ਼ਮੀਨ ਖਰੀਦੀ ਸੀ। ਉਹਨਾਂ ਦੀ ਜ਼ਮੀਨ ਦੇ ਵਿੱਚ ਕੁਝ ਜ਼ਮੀਨ ਵਕਫ ਬੋਰਡ ਦੀ ਵੀ ਸੀ ਜੋ ਉਹਨਾਂ ਨੇ ਵਕਫ ਬੋਰਡ ਤੋਂ ਲੀਜ਼ ਉੱਤੇ ਲਈ ਹੋਈ ਸੀ। ਅਜੀਤ ਸਿੰਘ ਉਹਨਾਂ ਨੇ ਕਿਹਾ ਹੈ ਕਿ ਇਸ ਜ਼ਮੀਨ ਨੂੰ ਲੈ ਕੇ ਉਹਨਾਂ ਦੇ ਕੋਲ ਪੂਰੇ ਕਾਗਜ਼ਾਤ ਨੇ। ਉਹਨਾਂ ਨੇ ਕਿਹਾ ਕਿ ਕੁਝ ਮੁਸਲਿਮ ਕਮਿਊਨਿਟੀ ਦੇ ਲੋਕ ਇਹ ਦਾਅਵਾ ਕਰ ਰਹੇ ਨੇ ਕਿ ਇਹ ਜ਼ਮੀਨ ਕਬਰਿਸਤਾਨ ਦੀ ਹੈ ਜਿਸ ਕਰਕੇ ਇਸ ਦੇ ਉੱਤੇ ਕੋਈ ਨਿਰਮਾਣ ਨਹੀਂ ਕੀਤਾ ਜਾ ਸਕਦਾ। ਉਹਨਾਂ ਨੇ ਇਹ ਗੱਲ ਸਪਸ਼ਟ ਕੀਤੀ ਕਿ ਜੇਕਰ ਜ਼ਮੀਨ ਵਕਫ ਬੋਰਡ ਨੇ ਉਹਨਾਂ ਨੂੰ ਲੀਜ਼ ਉੱਤੇ ਦਿੱਤੀ ਸੀ ਤਾਂ ਇਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਦੱਸਣਾ ਬਣਦਾ ਹੈ ਕਿ ਜ਼ਮੀਨ ਨੂੰ ਲੈ ਕੇ ਦੋਨੋਂ ਪੱਖ ਇੱਕ ਦੂਜੇ ਦੇ ਉੱਤੇ ਦੋਸ਼ ਲਗਾਉਂਦੇ ਹੋਏ ਨਜ਼ਰ ਆ ਰਹੇ ਨੇ। ਬਿਊਰੋ ਰਿਪੋਰਟ, ਅੱਜ ਦੀ ਆਵਾਜ਼। ਕੀ ਮਾਮਲਾ ਹੈ ਸਰ? ਮੈਂ ਅਜੀਤ ਸਿੰਘ। ਮੈਂ ਨਾ ਇਹ 2 ਸਾਲ ਪਹਿਲੇ ਪੰਜਾਬ ਵਕਫ ਬੋਰਡ ਤੋਂ ਇਹ ਜ਼ਮੀਨ ਲਈ ਸੀ ਜੀ, 688 ਗਜ਼। ਮੈਂ ਇੱਥੇ ਕੰਮ ਸ਼ੁਰੂ ਕਰਤਾ ਜੀ, ਲੈ ਕੇ ਉਹਨਾਂ ਕੋਲੋਂ ਲੀਜ਼ 'ਤੇ ਲੈ ਕੇ ਕੰਮ ਸ਼ੁਰੂ ਕਰਤਾ ਜੀ। ਆਪਣਾ ਆਫਿਸ ਬਣ ਗਿਆ ਮੇਰਾ। ਕਿਹੜੀ ਜਗ੍ਹਾ ਸਰ? ਇਹ ਨੂਰਵਾਲ ਰੋਡ ਹੈ ਜੀ, ਨੂਰਵਾਲ ਪਿੰਡ ਦੀ ਜਗ੍ਹਾ ਪੈਂਦੀ ਜੀ ਹੈ। ਅਤੇ ਇੱਥੇ ਮੈਂ ਲੀਜ਼ 'ਤੇ ਲਈ ਜੀ 688 ਗਜ਼ ਜਗ੍ਹਾ। ਇੱਥੇ ਕੰਮ ਸ਼ੁਰੂ ਕੀਤਾ ਜੀ ਇੱਕ ਅਬਦੁਲ ਮਲਿਕ ਤਿਆਗੀ ਨਾਮ ਦਾ ਬੰਦਾ, ਇੱਕ ਉਹਨਾਂ ਦਾ ਬੇਟਾ ਹੈਗਾ ਜੀ ਰਹਿਮਾਨ ਤਿਆਗੀ। ਅਤੇ ਕੁਛ ਉਹਦੇ ਨਾਲ ਅਣਪਛੱਤੇ ਬੰਦੇ ਆਉਂਦੇ ਜੀ, ਇੱਥੇ ਬਦਮਾਸ਼ੀਆਂ ਕਰਦੇ ਜੀ, ਸਾਡੀ ਲੇਬਰ ਨੂੰ ਡਰਾਉਂਦੇ, ਸਾਨੂੰ ਮਾਰਨ ਦੀ ਧਮਕੀਆਂ ਦਿੰਦੇ ਜੀ, ਅਤੇ ਸਾਨੂੰ ਇੱਥੇ ਕੰਮ ਕਰਨ ਤੋਂ ਮਨ੍ਹਾ ਕੀਤਾ ਜਾ ਰਿਹਾ ਜੀ। ਸਰ ਕਾਗਜ਼ ਪੂਰੇ ਨੇ? ਸਾਡੇ ਕੋਲ ਸਾਰੇ ਡਾਕੂਮੈਂਟ ਹੈਗੇ ਜੀ। ਆਹ ਲੀਜ਼ ਦੀ ਕਾਪੀ ਹੈਗੀ ਜੀ, ਇਹ ਨੋ ਓਬਜੈਕਸ਼ਨ ਸਰਟੀਫਿਕੇਟ ਜੀ, ਪੰਜਾਬ ਵਕਫ ਬੋਰਡ ਦਾ ਜਿਨ੍ਹਾਂ ਨੇ ਸਾਨੂੰ ਬਣਾਉਣ ਦੀ ਪਰਮਿਸ਼ਨ ਦਿੱਤੀ ਜੀ। ਇਹ ਦੇਖੋ ਜੀ, ਇਹ ਪਟਵਾਰਖਾਨੇ ਫਰਦ ਵੀ ਚੜੀ ਹੋਈ ਜੀ। ਸਾਰੇ ਪੇਪਰ ਸਾਡੇ ਕੋਲ, ਇੱਕ ਇੱਕ ਪੇਪਰ ਕਲੀਅਰ ਆ ਜੀ। ਉਹਦੇ ਕੋਲ ਕੁਛ ਨਹੀਂ, ਕੋਈ ਪੇਪਰ ਨਹੀਂ ਹੈਗਾ, ਕੋਈ ਕੁਛ ਨਹੀਂ। ਸਾਨੂੰ ਵਾਰ ਵਾਰ ਪੁਲਿਸ ਆ ਕੇ ਇੱਥੇ ਸਾਡਾ ਕੰਮ ਰੁਕਵਾਉਂਦੀ ਸੀ, ਅਤੇ ਪੁਲਿਸ ਕੋਲ ਅਸੀਂ ਸਾਰੇ ਪੇਪਰ ਵੈਰੀਫਾਈ ਕਰਾ ਕੇ ਆਏ ਹਾਂ। ਪੰਜਾਬ ਵਕਫ ਬੋਰਡ ਦੇ ਕੁਛ ਅਫਸਰ ਆਏ ਸੀ ਜੀ 3 ਦਿਨ ਪਹਿਲਾਂ, ਉਹਨਾਂ ਨੇ ਸਾਰੀ ਵੈਰੀਫਾਈ ਕੀਤੀ ਜੀ ਪੇਪਰਾਂ ਦੀ। ਮੰਗ ਕੀ ਕਰ ਲਓ? ਮੰਗ ਪ੍ਰਸ਼ਾਸਨ ਤੋਂ ਇਹੀ ਕਰ ਰਹੇ ਜੀ ਵੀ ਸਾਨੂੰ ਪਰੇਸ਼ਾਨ ਨਾ ਕੀਤਾ ਜਾਏ। ਅਸੀਂ ਸਿੱਧੇ ਸਾਧੇ ਵਪਾਰੀ ਹੈਗੇ ਹਾਂ ਜੀ, ਵਪਾਰ ਕਰ ਰਹੇ ਹਾਂ ਜੀ ਅਸੀਂ ਆਪਣੇ ਸਹੀ ਤਰੀਕੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ, ਅਤੇ ਸਾਨੂੰ ਪਰੇਸ਼ਾਨ ਕੀਤਾ ਜਾ ਰਿਹਾ। ਮੈਂਟਲੀ ਡਿਸਟਰਬ ਕਰਤਾ ਜੀ ਉਸ ਬੰਦੇ ਨੇ ਸਾਨੂੰ, 2 ਸਾਲ ਹੋ ਗਏ ਜੀ। ਕਿਉਂ ਡਿਸਟਰਬ ਕੀਤਾ ਜਾ ਰਿਹਾ? ਡਿਸਟਰਬ ਪਤਾ ਨਹੀਂ, ਕੋਈ ਇੱਕ ਬਲੈਕਮੇਲ ਕਰ ਰਿਹਾ ਸਾਨੂੰ। ਅਤੇ ਇੱਕ ਸਾਡੇ ਭਾਈ ਸਾਹਿਬ ਦੀ ਇੱਥੇ ਮਾਲਕੀ ਜਗ੍ਹਾ ਹੈਗੀ ਜੀ, ਉਹਦੇ ਵਿੱਚ ਉਹਨਾਂ ਨੇ ਬੱਚਾ ਦੱਬਤਾ, ਅਤੇ ਉਹ ਬਸ ਕੀ ਨਾਮ ਭੂ ਮਾਫੀਆ ਵਾਲੇ ਹੁੰਦੇ ਨੇ ਜਿਸ ਤਰ੍ਹਾਂ ਜੀ, ਉਹ ਜ਼ਮੀਨ ਕਬਜ਼ੇ ਕਰਦਾ ਜੀ ਲੋਕਾਂ ਦੇ। ਹਾਂਜੀ, ਮੈਂ ਯੋਗੇਸ਼ ਗੁਪਤਾ, ਮਾਲਕ ਵਿਕਾਸ ਡਰਾਇੰਗ ਵਰਕਸ, ਨੂਰਵਾਲਾ ਰੋਡ। ਅਤੇ ਮੇਰੀ ਇਹ ਜਗ੍ਹਾ ਮੇਰੇ ਪੇਰੈਂਟਸ ਨੇ ਲਿੱਤੀ ਹੋਈ ਹੈ। 30-35 ਸਾਲ ਦੀ ਸਾਡੀ ਫੈਕਟਰੀ ਬਣੀ ਹੋਈ ਹੈ, ਡਾਇੰਗ ਫੈਕਟਰੀ ਚੱਲ ਰਹੀ ਹੈ। ਅਤੇ ਸਾਨੂੰ ਹੁਣ 6 ਮਹੀਨੇ ਪਹਿਲਾਂ ਪਤਾ ਲੱਗਿਆ ਵੀ ਇਹਦੇ ਵਿੱਚ ਕੁਛ ਜਗ੍ਹਾ 100-150 ਗਜ਼ ਜਗ੍ਹਾ ਵਕਫ ਬੋਰਡ ਦੀ ਨਿਕਲਦੀ ਹੈ। ਅਤੇ ਅਸੀਂ ਲਿਟੀਗੇਸ਼ਨ ਦੇ ਵਿੱਚ ਨਾ ਪੈਣ ਦੀ ਬਜਾਏ ਅਸੀਂ ਵਕਫ ਬੋਰਡ ਨੂੰ ਅਪਰੋਚ ਕੀਤਾ, ਅਤੇ ਵਕਫ ਬੋਰਡ ਦੇ ਕੋਲੋਂ 100-150 ਗਜ਼ ਉਹ ਲੀਜ਼ ਕਰਵਾ ਲਈ। ਉਹ ਨਾ ਤਾਂ ਸਾਨੂੰ ਜਿਹੜੀ ਓਨਰਸ਼ਿਪ ਦੀ, ਜਿਹੜੀ ਸਾਡੀ ਮਾਲਕੀ ਦੀ ਜਗ੍ਹਾ, ਨਾ ਉਹਦੇ 'ਚ ਕੰਮ ਕਰਨ ਦਿੰਦਾ, ਔਰ ਨਾ ਉਹ ਬੰਦਾ ਸਾਨੂੰ ਇਹਦੇ 'ਚ ਵੀ ਲਿਟੀਗੇਸ਼ਨਾਂ ਪੈਦਾ ਕਰ ਰਿਹਾ, ਅਨਸੈਸਰੀ ਤੰਗ ਕਰ ਰਿਹਾ। ਉਹ ਹਿੰਦੂ ਮੁਸਲਮਾਨ ਦਾ ਮੁੱਦਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ। ਅਤੇ ਸਾਡੀ ਤਾਂ ਮੰਗ ਇਹੀ ਹੈ ਵੀ ਸਾਨੂੰ ਆਪਣੀ ਮਾਲਕੀ ਦੀ ਜਗ੍ਹਾ ਦੇ ਵਿੱਚ, ਅਤੇ ਨਾਲ ਜਿਹੜੀ ਅਸੀਂ ਲੀਜ਼ 'ਤੇ ਲਿੱਤੀ ਹੈ, ਸਾਨੂੰ ਉਹਦੇ 'ਚ ਸ਼ਾਂਤੀ ਨਾਲ ਕੰਮ ਕਰਨ ਦਿੱਤਾ ਜਾਵੇ। ਮੇਰਾ ਨਾਮ ਨਰਿੰਦਰ ਸਿੰਘ ਹੈ ਜੀ। ਮੇਰੇ ਕੋਲ ਨਾ ਆਪਣੀ ਮਾਲਕੀ ਦੀ ਜਗ੍ਹਾ ਹੈਗੀ ਜੀ 1210 ਗਜ਼, ਜਿਹਦਾ ਕਿ ਫਰੰਟ ਹਿੱਸਾ ਅੱਗੇ ਲੱਗਦਾ ਜੀ ਵਕਫ ਬੋਰਡ ਤੋਂ, ਅਤੇ ਬੈਕ ਸਾਈਡ ਉਹਦੇ ਪਿਛਲੇ ਪਾਸੇ ਲੱਗਦੀ ਹੈ ਜੀ। ਅਤੇ ਜਿਹੜਾ ਕਿ ਉਹ ਅਬਦੁਲ ਮਲਿਕ ਤਿਆਗੀ, ਉਹਦਾ ਬੇਟਾ ਅਤੇ ਕੁਛ ਬੰਦੇ ਆਉਂਦੇ ਆ, ਉਹ ਸਾਨੂੰ ਇੱਥੇ ਜਿਹੜਾ ਆਪਾਂ ਫਰੰਟ 'ਤੇ ਕੰਮ ਕਰਦੇ ਪਏ ਆਪਣੀ ਜਗ੍ਹਾ 'ਚ, ਉੱਥੇ ਕੰਮ ਕਰਨ ਤੋਂ ਰੋਕਦਾ ਹੈਗਾ ਜੀ। ਅਤੇ ਇੱਕ ਵਾਰੀ ਉਹਨੇ ਕੀ ਕੀਤਾ ਜੀ, ਪਿਛਲੀ ਬੈਕ ਸਾਈਡ 'ਤੇ ਜਿਹੜੀ ਸਾਡੀ ਆਪਣੀ ਜਗ੍ਹਾ ਹੈਗੀ, ਉਹਦੇ 'ਚ ਕੋਈ ਡੈਡ ਬੋਡੀ ਲੈ ਕੇ ਆਇਆ, ਉਹਨੂੰ ਦਫਨਾਉਣ ਦੀ ਕੋਸ਼ਿਸ਼ ਕੀਤੀ ਉਹਦੇ 'ਚ, ਅਤੇ ਇਹਦੇ 'ਤੇ ਮਤਲਬ ਆਪਣਾ ਰਾਈਟ ਜਮਾਉਣ ਦੀ ਕੋਸ਼ਿਸ਼ ਕੀਤੀ, ਜਿਹਨੂੰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜੀ। ਮੰਗ ਅਸੀਂ ਇਹੀ ਕਰ ਸਕਦੇ ਜੀ, ਪ੍ਰਸ਼ਾਸਨ ਸਾਡਾ ਪੂਰਾ ਸਾਥ ਦੇਵੇ ਜੀ ਸਾਨੂੰ ਆਪਣੀ ਜ਼ਮੀਨ ਵਿੱਚ। CP ਸਾਹਿਬ ਨੂੰ ਆਪਾਂ ਕੰਪਲੇਂਟ ਦਿੱਤੀ ਜੀ, UID ਨੰਬਰ ਸਾਡੇ ਕੋਲ ਹੈਗੀ ਹੈ ਜੀ, ਸਾਨੂੰ ਆਪਣਾ ਕੰਮ ਕਰਨ ਦਿੱਤਾ ਜਾਏ ਜੀ, ਅਤੇ ਉਹਦੇ ਉੱਪਰ ਕੋਈ ਕਾਰਵਾਈ ਕੀਤੀ ਜਾਏ ਜੀ। ਜਿਹੜਾ ਕੋਈ ਜੇ ਅਸੀਂ ਕੋਈ ਗਲਤ ਹੈਗਾ ਤਾਂ ਸਾਡੇ ਉੱਪਰ ਕਾਰਵਾਈ ਕੀਤੀ ਜਾਏ ਜੀ। ਸਾਡੇ ਡਾਕੂਮੈਂਟ ਅਸੀਂ ਪੂਰੇ ਵੈਰੀਫਾਈ ਕਰਾ ਚੁੱਕੇ ਹਾਂ ਜੀ, ਜੇ ਦੁਬਾਰਾ ਕਰਾਉਣਾ ਚਾਹੇ ਕੋਈ ਪੂਰੀ ਚੰਗੀ ਤਰ੍ਹਾਂ ਕਰ ਸਕਦਾ ਜੀ।